ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੇ ਵੱਲੋਂ ਆਇਰਿਸ਼ ਪੰਜਾਬੀ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਜੇ ਕਿ ਆਇਰਿਸ਼ ਪੰਜਾਬੀ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਆਪਣਾ 6ਵਾਂ ਕਲਚਰਲ ਪ੍ਰੋਗਰਾਮ ਜਿਹੜਾ ਹੈਗਾ ਵਾ ਸਾਇੰਟੋਲੋਜੀ ਦੇ ਵਿੱਚ ਕਰਨ ਜਾ ਰਹੀ ਆ ਸੋ ਸਾਡਾ ਜਿਹੜਾ ਮੇਨ ਐਫਰਟ ਆ ਉਹ ਇਹ ਆ ਕਿ ਤੁਸੀਂ ਆਪਣੇ ਸਾਰੇ ਪਰਿਵਾਰ ਸਹਿ ਪਹੁੰਚੋ ਉੱਥੇ ਔਰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਜਿਹੜਾ ਵਾ ਨਾਲ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਮਿਲੇ ਧੰਨਵਾਦ ਵਾਲੀ ਵਿਸਾਖੀ ਦੀ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਕੋਵਿਡ ਦੇ ਕਾਰਨ ਕੁਛ ਸਾਲ ਜਿਹੜਾ ਵਾ ਕਿ ਉਹ ਇਹ ਪ੍ਰੋਗਰਾਮ ਨਹੀਂ ਵੀ ਹੋ ਸਕੇ ਪਰ ਪਿਛਲੇ ਸਾਲ ਥੋੜ੍ਹਾ ਜਿਹਾ ਪ੍ਰੋਗਰਾਮ ਹੋਇਆ ਸੀਗਾ ਇਹ 6ਵਾਂ ਪ੍ਰੋਗਰਾਮ ਵਿਸਾਖੀ ਦਾ ਡਬਲਿਨ ਦੇ ਵਿੱਚ ਹੋ ਰਿਹਾ ਅਤੇ ਸਾਰਿਆਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਲੈ ਕੇ ਫੈਮਿਲੀ ਨੂੰ ਲੈ ਕੇ ਇੱਕ ਕਲਚਰਲ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਣ ਮੁਬਾਰਕਾਂ ਆਇਰਿਸ਼ ਪੰਜਾਬੀ ਐਸੋਸੀਏਸ਼ਨ ਮਨਾ ਰਿਹਾ ਆਪਣਾ 6ਵਾਂ ਵਿਸਾਖੀ ਡਬਲਿਨ ਮੇਲਾ ਹਮੇਸ਼ਾ ਦੀ ਤਰ੍ਹਾਂ ਜਿਹੜੀ ਆਇਰਿਸ਼ ਪੰਜਾਬੀ ਐਸੋਸੀਏਸ਼ਨ ਅਤੇ ਰੇਡੀਓ ਪੰਜਾਬੀ ਜਿਹੜਾ ਕਿ ਡਬਲਿਨ ਦੇ ਵਿੱਚ ਆਪਣੇ ਕਲਚਰ ਆਪਣੇ ਵਿਰਸੇ ਨੂੰ ਦੀ ਝਲਕ ਜਿਹੜੀ ਆ ਉਹ ਹਮੇਸ਼ਾ ਅਪ੍ਰੈਲ ਦੇ ਮਹੀਨੇ ਵਿੱਚ ਕਿਉਂ ਤੁਹਾਨੂੰ ਪਤਾ ਹੀ ਹੈ ਕਿ ਵਿਸਾਖੀ ਜਿਹੜੀ ਆ ਉਹ ਪੰਜਾਬੀ ਕਲਚਰ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ ਅਤੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਆਪਣੇ ਕਲਚਰ ਆਪਣੇ ਵਿਰਸੇ ਨੂੰ ਨਾਲ ਲੈ ਕੇ ਚੱਲਦੇ ਨੇ ਇਸੇ ਦਾ ਹੀ ਇੱਕ ਹਿੱਸਾ ਵਾ ਕਿ ਪੰਜਾਬੀ ਆਲੈਂਡ ਦੇ ਵਿੱਚ ਵਿਸਾਖੀ ਫੈਸਟੀਵਲ ਮਨਾ ਰਹੇ ਨੇ ਆਇਰਿਸ਼ ਪੰਜਾਬੀ ਜਿਹੜੀ ਕਿ ਇੱਕ ਇੱਥੇ ਇੱਕ ਔਰਗਨਾਈਜੇਸ਼ਨ ਬਣੀ ਆ ਜਿਹੜੀ ਕਿ ਆਪਣੇ ਰੂਟਸ ਆਪਣੇ ਕਲਚਰ ਆਪਣੇ ਵਿਰਸੇ ਨੂੰ ਆਪਣੇ ਬੱਚਿਆਂ ਦੇ ਜਿਹੜੇ ਭੰਗੜਾ ਸਾਡਾ ਲੋਕ ਨਾਚ ਆ ਔਰ ਆਪਣਾ ਕਲਚਰ ਆ ਜਿਹੜੇ ਇੱਥੇ ਬੱਚੇ ਬੋਰਨ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਸ ਪ੍ਰੋਗਰਾਮ ਦਾ ਜਿਹੜਾ ਆਗਾਜ਼ ਕਰਿਆ ਇਹਦੇ ਵਿੱਚ ਇੱਥੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਬੱਚੇ ਨੇ ਸਾਡੇ ਇੱਥੇ ਗਰੁੱਪ ਚੜ੍ਹਦਾ ਪੰਜਾਬ ਆ ਤ੍ਰਿੰਜਣਾ ਗਿੱਧਾ ਹੋਰ ਬਹੁਤ ਸਾਰੇ ਗਰੁੱਪ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੰਟਰਟੇਨਮੈਂਟ ਬਹੁਤ ਵਧੀਆ ਹੁੰਦਾ ਵਾ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਨੇ ਅਤੇ ਸੀਮਤ ਸੰਧੂ ਜਿਹੜਾ ਪੰਜਾਬੀ ਗਾਇਕੀ ਦਾ ਬਹੁਤ ਵਧੀਆ ਇੱਕ ਗਾਇਕ ਆ ਉਹ ਵੀ ਆ ਰਿਹਾ ਉਹਦੇ ਨਾਲ ਲੋਕਲ ਜਿਹੜੇ ਸਾਡੇ ਇੱਥੇ ਸਿੰਗਰ ਆ ਉਹਦੇ ਵਿੱਚ ਵੀ ਆ ਰਿਹਾ ਦੀਪੀ ਸਾਡਾ ਵੀਰ ਯੂਕੇ ਤੋਂ ਵੀ ਆ ਰਿਹਾ ਪੂਰੇ ਬੈਂਡ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸਲ ਦੇ ਵਿੱਚ ਇਸ ਪ੍ਰੋਗਰਾਮ ਦਾ ਮਕਸਦ ਆ ਆਪਣੇ ਵਿਰਸੇ ਆਪਣੇ ਕਲਚਰ ਨੂੰ ਜਿਹੜੇ ਇੱਥੇ ਬੱਚੇ ਨੇ ਉਹਨਾਂ ਨੂੰ ਜੋੜ ਕੇ ਰੱਖਣਾ ਅਤੇ ਨਾਲ ਕਿਉਂਕਿ ਇਹ ਜ਼ਿੰਦਗੀ ਬੜੀ ਭੱਜ ਦੌੜ ਵਾਲੀ ਹੈ ਇਸ ਭੱਜ ਦੌੜ ਜ਼ਿੰਦਗੀ ਦੇ ਵਿੱਚ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਅਤੇ ਇਹ ਇੱਕ ਪ੍ਰੋਗਰਾਮ ਇੱਦਾਂ ਦਾ ਜਿੱਥੇ ਕਈ ਵਾਰੀ ਲੋਕ 6-6 ਮਹੀਨੇ ਇੱਕ ਦੂਜੇ ਨੂੰ ਮਿਲਦੇ ਨਹੀਂ ਅਤੇ ਪਰ ਇਸ ਪ੍ਰੋਗਰਾਮ 'ਤੇ ਜਦੋਂ ਉਹ ਇਕੱਠੇ ਹੁੰਦੇ ਨੇ ਕਈ ਵਾਰੀ ਉਹ ਆਪਣੇ ਰਿਸ਼ਤੇਦਾਰ ਸੱਜਣ ਦੋਸਤ ਮਿੱਤਰ ਇਸ ਇਹੋ ਜਿਹੇ ਮੇਲਿਆਂ ਦੇ ਨਾਲ ਮਿਲਦੇ ਨੇ ਹੁਣ ਆਇਰਿਸ਼ ਪੰਜਾਬੀ ਐਸੋਸੀਏਸ਼ਨ ਵੱਲੋਂ ਤਾਂ ਰੇਡੀਓ ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਕਿ ਇਸ ਮੇਲੇ ਦੀ ਰੌਣਕ ਵਧਾਉਣ ਵਾਸਤੇ ਕਮਿਊਨਿਟੀ ਸੈਂਟਰ ਸੈਂਟਰ ਜਿਹੜਾ ਕਿ 10 ਅਪ੍ਰੈਲ ਨੂੰ 4 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਖੁੱਲ੍ਹਾ ਸੱਦਾ ਆਇਰਿਸ਼ ਪੰਜਾਬੀ ਵੱਲੋਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਦੀ ਇਸ ਵਿਸਾਖੀ ਫੈਸਟੀਵਲ ਦੀ ਰੌਣਕ ਵਧਾਓ ਸੂਰਜ ਦਿਖਾਉਂਦਾ ਲਾਲੀਆਂ ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ ਹੋ ਦਿਨ ਚੜ੍ਹਦਾ ਤੇ ਸੂਰਜ ਦਿਖਾਉਂਦਾ ਲਾਲੀਆਂ ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ ਹੋ ਠੁੱਕ ਏਰੀਏ ਦੇ ਵਿੱਚ ਪੂਰੀ ਯਾਰ ਦੀ ਕਹਿੰਦੇ ਸ਼ਾਹੂਕਾਰ ਸਾਰੇ ਹੀ ਜਨਾਬ ਨੇ ਮਿੱਤਰਾਂ ਦੇ ਗੋਦ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਹਬ ਨੀ